ਬੇਸਿਕ ਨੇਮ ਯੂਸਫ ਪੰਜਾਬੀ ਤੁਹਾਡੇ ਨਾਲ ਔਰ ਸਾਡੇ ਨਾਲ ਸਰ ਜਿੰਨੀ ਪਰ ਪਿਆਰੇ ਅਸਲਾਮ ਵਾਲੇਕੁਮ ਜੀ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਸਾਰੇ ਆਪਣਾ ਆਪਣਾ ਦੱਸ ਰਹੇ ਨੇ ਮੈਂ ਕਿਹਾ ਚਲੋ ਤਿੰਨ ਚਾਰ ਦਫ਼ਾ ਦੇਖਿਆ ਤੁਹਾਡਾ ਪ੍ਰੋਗਰਾਮ ਫਿਤਰਤ ਨਹੀਂ ਸੀ ਹੈ ਲੇਕਿਨ ਵੈਸੇ ਹੀ ਤੁਹਾਡੇ ਮਿਜ਼ਾਜ ਤੋਂ ਅੱਛਾ ਲੱਗਿਆ ਪਹਿਲੇ ਵੇ ਤੇ ਆਪਣਾ ਨਾਮ ਪਹਿਲੇ ਦੱਸ ਦਿਓ ਸਰ ਮੇਰਾ ਨਾਮ ਜੀ ਸ਼ਾਹਿਰ ਮੁਨੀਰ ਜੀ ਬਿਸਮਿਲ੍ਲਾ ਕੀ ਹਾਲ ਜੀ ਜੀ ਹੁਣ ਸੁਣਾਓ ਇਨਸਾਨ ਦੀ ਫਿਤਰਤ ਆਸ਼ਕੀ ਇਸ਼ਕ ਜਿਹੜਾ ਉਹ ਆਸ਼ਕੀ ਪਿਆਰ ਜਾਂ ਮੁਹੱਬਤ ਜਿਹੜਾ ਬੱਚੇ ਨਾਲ ਮਾਂ ਬਾਪ ਨਾਲ ਕੰਮ ਨਾਲ ਕਿਸੇ ਨਾਲ ਵੀ ਹੋ ਸਕਦਾ ਆਸ਼ਕੀ ਤੇ ਨਹੀਂ ਹੋ ਸਕਦੀ ਨਾ ਆਸ਼ਕੀ ਨਹੀਂ ਹੋ ਸਕਦੀ ਆਸ਼ਕੀ ਕਿਵੇਂ ਨਾ ਹੋ ਸਕਦੀ ਬਿਲਕੁਲ ਕਿਉਂਕਿ ਆਸ਼ਕੀ ਤੇ ਇਸ਼ਕ ਨਾ ਇਸ਼ਕ ਜਿਹੜਾ ਹੋਏ ਉਹਦੇ ਨਾਲ ਹੁੰਦੀ ਹੈ ਨਹੀਂ ਉਹਨਾਂ ਨਾਲ ਕਿਉਂ ਨਹੀਂ ਹੋ ਸਕਦੀ ਮੈਂ ਆਸ਼ਕੀ ਦੇਖੋ ਤੇ ਫਕਤ ਅੱਲਾਹ ਪਾਕ ਨੇ ਆਪਣੇ ਲਈ ਰੱਖੀ ਅਗਰ ਮਰਦ ਹੁੰਦੇ ਇਨਸਾਨ ਹੁੰਦੇ ਨਾ ਤੇ ਮਰਦ ਕਿਸੇ ਨਾ ਕਰ ਸਕਦਾ ਤੇ ਔਰਤ ਨਾ ਕਰ ਸਕਦਾ ਤੇ ਔਰਤ ਮਿਸਾਲ ਹੈ ਹਾਂ ਹਾਂ ਜੇ ਮੈਂ ਮਿਸਾਲ ਦੇ ਤੌਰ ਤੇ ਔਰਤ ਕਰ ਸਕਦੀ ਕਿਸੇ ਮਰਦ ਨਾਲ ਬੇਸ਼ੱਕ ਕਿਉਂਕਿ ਉਹ ਇਨਸਾਨ ਹੈ ਮਰਦ ਤੇ ਔਰਤ ਫਿਤਰਤਾਂ ਨੇ ਨਾ ਤੇ ਤੁਸੀਂ ਫਰਮਾਇਆ ਕਿ ਅੱਲਾ ਨੇ ਆਪਣੇ ਵਾਸਤੇ ਰੱਖਿਆ ਬਸ ਬੇਸ਼ੱਕ ਕਿਉਂਕਿ ਦੇਖੋ ਨਾ ਕਿ ਅੱਲਾਹ ਪਾਕ ਆਪਣੇ ਤੋਂ ਇਲਾਵਾ ਤੇ ਕਿਸੇ ਨੂੰ ਕਿਉਂਕਿ ਅੱਲਾਹ ਪਾਕ ਨੇ ਸਾਰੀਆਂ ਦੱਸਤੀਆਂ ਇਨਸਾਨ ਦੀ ਮਜਬੂਰੀ ਹੈ ਅੱਛਾ ਕਿਉਂਕਿ ਇਸ਼ਕ ਜਿਹੜਾ ਨਾ ਜਿਹਦੇ ਨਾਲ ਹੋ ਜਾਂਦਾ ਨਾ ਫਿਰ ਉਹਦੇ ਹੀ ਹੋ ਜਾਣਾ ਹੁੰਦਾ ਸਭ ਕੁਛ ਉਹਦੀ ਮਰਜ਼ੀ ਤੇ ਚੱਲ ਜਾਣਾ ਠੀਕ ਹੈ ਉਹ ਵੀ ਅੱਲਾਹ ਦੀ ਮਰਜ਼ੀ ਨਾਲ ਹੀ ਹੁੰਦਾ ਨਾ ਅੱਲਾਹ ਦੀ ਮਰਜ਼ੀ ਦੇ ਨਾਲ ਅੱਲਾਹ ਨੇ ਤੇ ਦੱਸ ਦਿੱਤਾ ਮਰਜ਼ੀ ਇਨਸਾਨ ਦੀ ਆਪਣੀ ਹੁੰਦੀ ਹੈ ਮਤਲਬ ਆਪਣੀ ਗੱਲ ਦੇ ਵਿੱਚ ਮੈਂ ਤਾਂ ਕਰਕੇ ਕਹਿ ਰਹੇ ਸੀ ਕੰਟਰੋਵਰਸੀ ਆ ਰਹੀ ਹੈ ਕਿ ਤੁਸੀਂ ਕਹਿ ਰਹੇ ਸੀ ਪਹਿਲੇ ਫਰਮਾਇਆ ਤੇ ਸਿਰਫ ਅੱਲਾਹ ਨੇ ਆਪਣੀ ਲਈ ਰੱਖਿਆ ਫਿਰ ਕਹਿੰਦੇ ਕਿ ਮਰਦ ਜਿਹੜੀ ਆ ਅਗਰ ਜੇ ਵੇਖੋ ਨਾ ਇਨਸਾਨੀਅਤ ਦੇ ਵਿੱਚ ਤੇ ਇਨਸਾਨ ਚ ਲੇਡੀਜ਼ ਜਾਂ ਜੈਂਟਸ ਹੋ ਸਕਦੇ ਨਾ ਅੱਛਾ ਇਨਸਾਨ ਅੱਲਾਹ ਇੱਕ ਮੈਂ ਤੁਹਾਨੂੰ ਰਿਕੁਐਸਟ ਕਰਾਂ ਕਿ ਇਨਸਾਨ ਇਨਸਾਨ ਹੀ ਹੁੰਦਾ ਲੇਡੀਜ਼ ਜਾਂ ਜੈਂਟਸ ਨਹੀਂ ਹੁੰਦਾ ਮਖਲੂਕ ਤੇ ਹੈ ਨਾ ਇੱਕ ਜੀ ਮਖਲੂਕ ਮੈਂ ਹੀ ਕਹਿ ਰਿਹਾ ਇਨਸਾਨ ਤੇ ਇਨਸਾਨ ਇਨਸਾਨੀਅਤ ਵਿੱਚ ਕੋਈ ਲੇਡੀਜ਼ ਜੈਂਟਸ ਨਹੀਂ ਹੁੰਦਾ ਅਗਰ ਇਸ਼ਕ ਤੇ ਉਹਦੇ ਨਾਲ ਵੀ ਹੋਣਾ ਨਾ ਕਿਸੇ ਲੇਡੀਜ਼ ਜੈਂਟਸ ਨਾਲ ਨੀ ਹੁੰਦਾ ਇਸ਼ਕ ਜਿਹੜਾ ਪਿਆਰ ਨੀ ਮੁਹੱਬਤ ਨੀ ਇਸ਼ਕ ਤੇ ਆਸ਼ਕੀ ਨੀ ਜਾਂ ਤੇ ਲਫ਼ਜ਼ ਆਸ਼ਕੀ ਨੂੰ ਡਿਫਾਈਨ ਕਰਦੇ ਹੋ ਨਾ ਯਾਨੀ ਇਹ ਫਰਜ਼ ਹੈ ਬਈ ਆਨਰ ਤੁਹਾਨੂੰ ਕੀਤਾ ਨਾ ਇਸੇ ਕਰਕੇ ਚਲੋ ਕੋਈ ਗੱਲ ਨਿਕਲੇਗੀ ਮੈਂ ਤੇ ਤੁਹਾਨੂੰ ਗੱਲ ਕਹਿ ਰਿਹਾ ਵਾਂ ਕਿ ਇਸ਼ਕ ਜਿਹੜਾ ਇਹ ਤੇ ਆਸ਼ਕੀ ਦੀ ਆਸ਼ਕੀ ਆਸ਼ਕੀ ਜਿਹਦੇ ਨਾਲ ਮਰਦੀ ਤੇ ਹੋ ਹੀ ਨਹੀਂ ਸਕਦੀ ਦੇਖੋ ਭਾਈ ਤੁਸੀਂ ਉਹ ਗੱਲ ਕਰ ਰਹੇ ਹੋ ਹਾਲਾਂਕਿ ਬੜੀ ਹੈ ਕਿ ਇਹ ਗੋਭੀ ਤੇ ਗੋਭੀ ਹੁੰਦੀ ਹੈ ਮਤਲਬ ਤੁਸੀਂ ਕਹਿੰਦੇ ਆਸ਼ਕੀ ਤੇ ਆਸ਼ਕੀ ਡਿਫਾਈਨ ਨਹੀਂ ਕਰ ਪਾ ਰਹੇ ਤੁਸੀਂ ਉਹਨੂੰ ਜਰਾ ਖੋਲੋ ਨਾ ਕੀ ਹੈ ਆਸ਼ਕੀ ਚਲੋ ਠੀਕ ਹੈ ਤੁਹਾਨੂੰ ਮੈਂ ਕਹਿ ਰਿਹਾ ਮੰਜ਼ਿਲਾਂ ਨਹੀਂ ਹੁੰਦੀਆਂ ਚਲੋ ਮੁਹੱਬਤ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਸ਼ੁਕਰੀਆ ਹਾਫਿਜ਼